ਖੇਤੀ ਨੂੰ ਪਤਾ ਨਹੀਂ ਜਿਹੜਾ ਕਿਸਾਨ ਆ ਇਸ ਦੇਸ਼ ਦਾ ਬਾਪ ਆ ਆਪਣੇ ਬਾਪ ਨੂੰ ਜਿਹੜਾ ਨੇ ਪੰਗਾ ਲਿਆ ਤੇ ਬਹੁਤ ਤਕੜੇ ਖਮਿਆਜੇ ਨੂੰ ਭੁਗਤਣੇ ਪੈਣਗੇ ਬੀਜੇਪੀ ਜਿਹੜੀ ਪਾਰਟੀ ਆ ਬੁਨਿਆਦੀ ਤੌਰ ਤੇ ਖਤਮ ਹੋ ਜੂਗੀ ਆਉਣ ਵਾਲੇ ਸਮੇਂ ਦੇ ਵਿੱਚ ਨੇ ਕਾਨੂੰਨ ਆਵਸ ਕੀਤੇ ਫਿਰ ਜੀ ਮੋਦੀ ਸਕੂ ਕਰਾਂਗੇ ਜੇ ਕਿਸਾਨ ਫਸਲ ਅਗਾਉਣੀ ਕੋਈ ਹੈ ਨਹੀਂ ਇਹ ਨਹੀਂ ਮੋਦੀ ਕਿਦਾਂ ਇੰਟਰਫੇਅਰ ਕਰ ਸਕਦਾ ਸਾਡੀ ਕਿਸਾਨ ਦੀ ਨਿੱਜੀ ਜ਼ਿੰਦਗੀ 'ਚ ਮੋਦੀ ਨੂੰ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਟੋਲ ਪਲਾਜੇ ਉੱਤੇ ਜਿਹੜਾ ਚੱਕਾ ਜਾਮ ਕੀਤਾ ਆ ਇਸੇ ਤਰ੍ਹਾਂ ਭਾਰਤ ਦੇ ਬਾਰੇ ਦੇ ਵਿੱਚ ਜਿਹੜਾ ਹੈਗਾ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਜਿਹੜੀ 250 ਕਿਸਾਨ ਜਥੇਬੰਦੀ ਉਹਨਾਂ ਵੱਲੋਂ ਬੰਦ ਦੀ ਚੱਕੇ ਜਾਮ ਦੀ ਕਾਲ ਆ ਅਤੇ ਸਾਰਾ ਜਿਹੜਾ ਹੈਗਾ ਸਫਲਤਾਪੂਰਵਕ ਚੱਲ ਰਿਹਾ ਪਰ ਇਹ ਜਿਹੜੇ ਕਾਨੂੰਨ ਬਣੇ ਆ ਇਹ ਕਿਸਾਨ ਵਿਰੋਧੀ ਆ ਮੋਦੀ ਨੂੰ ਸਮਝ ਦੀ ਘਾਟ ਆ ਇਹੋ ਜਿਹਾ ਪ੍ਰਧਾਨ ਮੰਤਰੀ ਨਲਾਇਕ ਪ੍ਰਧਾਨ ਮੰਤਰੀ ਅੱਜ ਤੱਕ ਕਦੇ ਨਹੀਂ ਦੇਖਿਆ ਕਿ ਜਿਹੜਾ ਲੋਕ ਚਾਹੁੰਦੇ ਆ ਉਹ ਕਾਨੂੰਨ ਬਣਾ ਜਿਹੜੇ ਲੋਕ ਨਹੀਂ ਚਾਹੁੰਦੇ ਉਹ ਤੂੰ ਕਿਉਂ ਕਾਨੂੰਨ ਬਣਾ ਰਿਹਾ ਇਹ ਜਿਹੜਾ ਹੈਗਾ ਆ ਸਭ ਤੋਂ ਘਟੀਆ ਸਾਬਤ ਹੋਇਆ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਾ ਤੁਸੀਂ ਕੀ ਕਰੋਗੇ ਇਹ ਸੰਘਰਸ਼ ਜਾਰੀ ਰਹੂਗਾ ਜਦ ਤੱਕ ਇਹ ਵਾਪਸ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ ਕੋਈ ਵੀ ਸੰਘਰਸ਼ ਦਾ ਰੂਪ ਕੋਈ ਵੀ ਹੋ ਸਕਦਾ ਮੋਦੀ ਕਿਹੜੇ ਬਾਗ ਦੀ ਮੋਦੀ ਆ ਅੰਗਰੇਜ਼ ਹਕੂਮਤ ਜਿਹਦਾ ਕਦੇ ਸੂਰਜ ਨਹੀਂ ਸੀ ਡੁੱਬਦਾ ਉਹਨੂੰ ਵੀ ਮੁੜ ਕੇ ਇਹ ਆਜ਼ਾਦ ਕਰਨਾ ਪਿਆ ਸਿੱਖ ਐਕਟ ਆਜ਼ਾਦ ਜੰਮਿਆ ਆਜ਼ਾਦ ਹੀ ਮਰਦਾ ਅਤੇ ਜਿਹੜਾ ਆਜ਼ਾਦੀ ਇਸ ਢੰਗ ਦੇ ਨਾਲ ਲਵਾਂਗੇ ਮੋਦੀ ਦਾ ਇੱਕ ਚਾਹ ਵੇਚਣ ਵਾਲਾ ਬੰਦਾ ਆ ਉਹ ਸਿਰਫ ਭਾਂਡੇ ਮਾਂਜਣ ਵਾਲਾ ਬੰਦਾ ਸੀ ਉਹਨੂੰ ਦੇਸ਼ ਫੜਾ ਤਾ ਹੁਣ ਦੇਸ਼ ਮਾਂਜ ਦਿੱਤਾ ਸਾਨੂੰ ਕੋਈ ਚੰਗਾ ਪ੍ਰਧਾਨ ਮੰਤਰੀ ਇਹਦੇ 5 ਸਾਲ ਜਿਹੜੇ ਅੱਜ ਤਾਂ ਉਦੋਂ ਪਹਿਲਾਂ ਇਹਨੂੰ ਗੜਬੇ ਵਾਂਗਰ ਮਾਂਜ ਦੇਣਾ ਆ ਕਿਸਾਨਾਂ ਦੇ ਨਾਲ ਪੰਗਾ ਲੈ ਕੇ ਕਦੇ ਅੱਜ ਤੱਕ ਨਾ ਅੰਗਰੇਜ਼ ਸੁਖੀ ਰਿਹਾ ਨਾ ਮੁਗਲ ਹਕੂਮਤ ਸੁਖੀ ਰਹੀ ਆ ਨਾ ਮੋਦੀ ਸਰਕਾਰ ਸੁਖੀ ਰਹੂਗੀ ਕਿਉਂਕਿ ਇਹ ਤਾਂ ਭਾਜਪਾ ਜ਼ੀਰੋ ਦੇ ਉੱਤੇ ਆ ਜਾਣੀ